ਅਸੀਂ ਜਦੋਂ ਉੱਥੇ ਫਾਰਮ ਭਰਨ ਜਾਂਦੇ ਹਾਂ ਉੱਥੇ ਲਿਖਿਆ ਹੁੰਦਾ ਕਿ ਐਸੀ ਕਾਸਟ ਫਰੀ ਜਨਰਲ ਕਾਰਡ ਦੀ 840 ਰੁਪਏ ਫਾਰਮ ਦੀ ਪੀਸ ਹੈ ਅਸੀਂ 840 ਦੀ ਛੱਡ 1680 ਵੀ ਭਰ ਦਾਂਗੇ ਪਰ ਸਾਨੂੰ ਨੌਕਰੀ ਦਾ ਵੀ ਦੱਸਿਆ ਨਾ ਵੀ ਪੱਕੀ ਹੋਊਗੀ ਸਾਡੇ ਕੋਲ ਸਾਰੀਆਂ ਫੈਸਿਲਿਟੀਆਂ ਪੂਰੀ ਰੱਖਾਂਗੇ ਅਸੀਂ ਪਰ ਉਹਨਾਂ ਦੀ ਸ਼ਰਤਾਂ ਮੰਨਾਂਗੇ ਨੌਕਰੀ ਲਈ ਪਰ ਸਾਨੂੰ ਤਾਂ ਇਹਦਾ ਕੋਈ ਫਾਇਦਾ ਨਹੀਂ 840 ਭਰ ਕੇ ਵੀ ਇਹ ਨਹੀਂ ਵੀ ਨੌਕਰੀ ਮਿਲੂਗੀ ਕਿ ਨਾ ਮਿਲੂ ਉਹ ਉਹ ਕਿਉਂ ਮੈਂ ਗਰੀਬ ਐ ਹੁਣ ਤੇ ਜੋ ਕੋਈ ਐਸਸੀ ਦਾ ਬੱਚਾ ਚਲੋ ਪੋਸਟ ਵਿੱਚ ਉਹਦਾ ਦਾਦਾ ਜੀ ਮੈਨੇਜਰ ਸੀ ਐਸਸੀ ਕਾਸਟ ਵਾਲੇ ਦੇ ਵੀਰ ਦੇ ਕਿਸੇ ਭੈਣ ਦੇ ਲਾਲੋ ਮੈਨੇਜਰ ਸੀ ਆਪਦੀ ਕੋਠੀ ਉਹਨਾਂ ਦੀ ਆਪਦੀ ਗੱਡੀ ਐ ਉਹ ਆਪਦੀ ਗੱਡੀ ਤੇ ਆ ਕੇ ਜਦੋਂ ਫਾਰਮ ਭਰਨ ਹੁੰਦੇ ਪੋਸਟ ਉਹ ਫਾਰਮ ਫ੍ਰੀ ਲੈਂਦੇ ਆ ਉਹ ਫਾਰਮ ਫ੍ਰੀ ਲੈ ਕੇ ਆਦੇ ਬੱਚੇ ਨੂੰ ਨੌਕਰੀ ਤੇ ਲਵਾ ਰਹੇ ਬਾਕੀ ਕੋਟਾ ਉਹਨਾਂ ਦਾ ਵੱਧ ਐ ਹਾਂਜੀ 40 ਤੋਂ 50% ਕੋਟਾ ਐਸਸੀ ਦਾ ਹੈ 50 ਪਰ ਰੈਂਡਰਡ ਜਨਰਲ ਲੈਂਡ ਉਹਦੇ ਚ 25% ਬੀਸੀ ਲੈ ਜਾਂਦਾ ਹੈ ਬੀਸੀ ਦੇ ਵਿੱਚੋਂ 5% ਵੀਆਈਪੀ ਕੋਟਾ 5% ਜਿਹੜੇ ਆ ਆ ਸੁਤੰਤਰਤਾ ਸੰਾਨੀ ਤੇ ਫਰੀडम फाइਟਰ ਦਾ ਰਹਿ ਗਿਆ ਸਾਡੇ ਪੱਲੇ 12% 13% ਕੋਟਾ ਸੋਚੋ ਵੀ ਜੇ ਕੋਈ 1000 ਪੋਸਟ ਨਿਕਲ ਜੇ ਸਾਡੇ ਪੱਲੇ ਸਿਰਫ 130 ਪੋਸਟਾਂ ਪੈਂਦੀਆਂ ਸਾਡੇ ਪੱਲੇ ਜਨਰਲ ਦੇ ਕੀ ਜਨਰਲ ਇੱਥੇ ਵਰਗ ਮਤਲਬ ਬਰਾਬਰ ਨਹੀਂ ਰਹਿੰਦੇ ਜਦੋਂ ਸਾਰੇ ਕਿਤੇ ਬੱਸਾਂ 'ਚ ਟ੍ਰੇਨ 'ਚ ਜਾਚ ਆਪ ਦੇ ਹਰੇਕ ਕਾਨੂੰਨ ਦੇ ਵਿੱਚ ਜਦੋਂ ਜਨਰਲ ਐਸ ਸੀ ਬੀ ਸੀ ਇੱਕ ਤਰ੍ਹਾਂ ਨਾਲ ਹੀ ਨਾ ਦੇਖਿਆ ਜਾਂਦਾ ਤੇ ਜਦੋਂ ਕੋਈ ਸੁਵਿਧਾਵਾਂ ਸੁੱਖ ਸੁਵਿਧਾਵਾਂ ਦੇਣੀ ਹੈ ਉਦੋਂ ਮੁੱਖ ਮੰਤਰੀ ਜੀ ਜਾਂ ਕੋਈ ਇਹਨਾਂ ਦੀ ਕੈਬਨਿਟ ਦੀ ਬੈਠਕ ਜਦੋਂ ਹੁੰਦੀ ਹੈ ਉੱਥੇ ਮਿੰਟ 'ਚ ਫੈਸਲਾ ਇਹ ਦੇ ਦਿੰਦੇ ਕਿ ਲੋਕਾਂ ਨੂੰ ਕਿਤੇ ਗੱਲ ਦਾ ਵਿਸ਼ਾ ਨਹੀਂ ਜੀ ਇਹ ਤੁਹਾਡੇ ਕਹਿੰਦਾ ਮਤਲਬ ਵੀ ਜਿਹੜਾ ਕੋਟਾ ਦੇਣਾ ਹੈ ਉਹ ਆਰਥਿਕ ਪੱਤਰ ਤੇ ਦਿੱਤਾ ਜਾਣਾ ਚਾਹੀਦਾ ਜਾਤੀ ਪੱਤਰ ਤੇ ਨਹੀਂ ਦਿੱਤਾ ਜਾਣਾ ਚਾਹੀਦਾ ਬਿਲਕੁਲ ਮੇਰਾ ਸਭ ਤੋਂ ਵੱਡਾ ਸਵਾਲ ਦਾ ਜਵਾਬ ਹੀ ਤੁਹਾਡਾ ਇਹ ਹੈ ਕਿ ਬਿਲਕੁਲ ਹੀ ਆਰਥਿਕ ਪੱਤਰ ਤੇ ਕੋਟਾ ਦੇਣਾ ਚਾਹੀਦਾ ਹੈ ਜਾਤੀਵਾਦ ਨੂੰ ਤੁਸੀਂ ਕਿਉਂ ਮੂਰੇ ਲੈ ਕੇ ਆਉਂਦੇ ਹੋ ਇਹ ਵਿਸ਼ਾ ਉਦੋਂ ਹੁੰਦਾ ਸੀ ਜਾਤੀਵਾਦ ਦਾ ਜਦੋਂ ਬਿਤਕਰਾ ਹੁੰਦਾ ਸੀ ਜਦੋਂ ਕਿਸੇ ਨੂੰ ਪਾਣੀ ਪਿਲਾਉਣਾ ਸੀ ਐਂ ਪਲਾਉਂਦੇ ਸੀ ਓਕ ਨਾਲ ਪਰ ਅੱਜ ਦੀ ਘੜੀ ਆ ਦੇਖੋ ਸਮਾਜ ਸੇਵਕ ਆ ਜਿਹੜੇ ਮੁੰਡੇ ਆ ਸਫਾਈ ਕਰਮਚਾਰੀ ਮੇਰੇ ਵੀਰ ਆਏ ਆ ਮੇਰੇ ਕੋਲ ਬਹਿ ਕੇ ਰੋਟੀ ਖਾਂਦੇ ਆ ਬਾਲਮੀਕੀ ਭਾਈਚਾਰਾ ਮੇਰਾ ਆਪ ਦਾ ਭੈਣ ਭਰਾ ਨੇ ਇਹ ਇਹ ਮੇਰੇ ਕੋਲ ਪੁੱਛ ਲੋ ਰਵੀ ਇਹਦਾ ਨਾਮ ਆ ਇਹਨੂੰ ਕਿਸੇ ਗੱਲੋਂ ਦੱਸੋ ਅਸੀਂ ਕੋਈ ਫਰਕ ਨਹੀਂ ਉਹੀ ਭਾਂਡੇ 'ਚ ਰੋਟੀ ਮੈਂ ਕਹਿੰਨਾ ਉਹੀ 'ਚ ਜਦੋਂ ਅਸੀਂ ਐਸਸੀ ਤੇ ਜਨਰਲ ਇਕੱਠੇ ਬਹਿ ਕੇ ਇੱਕ ਪਲੇਟ 'ਚ ਰੋਟੀ ਖਾਂਦੇ ਆ ਮਨਿੰਦਰ ਜੀ ਤੇ ਫਿਰ ਸਰਕਾਰ ਸਾਨੂੰ ਅੱਜ ਕਿਉਂ ਕਰ ਰਹੀ ਐ ਸਰਕਾਰ ਇਹਨਾਂ ਨੂੰ ਇਹ ਕੋਟੇ ਦੇਖੇ ਨਾ ਸਰਕਾਰ ਇਹਨਾਂ ਨੂੰ ਦੂਜੀ ਨਜ਼ਰ ਨਾਲ ਦਿਖਾ ਰਹੀ ਹੈ ਕਿ ਇਹ ਐਸਸੀ ਹੈ ਇਹ ਜਨਨ ਹੈ ਇਹ ਬੀਸੀ ਹੈ ਇਹ ਆਏ ਆ ਇਹ ਸਰਕਾਰ ਦਾ ਹੱਕ ਨਹੀਂ ਮੰਨਦਾ ਜੀ ਤੁਹਾਡਾ ਕੀ ਮਤਲਬ ਸਰਕਾਰ ਪਾੜ ਰਹੀ ਹੈ ਐਡਵਾਰਡ ਦੇ ਬਿਲਕੁਲ ਸਰਕਾਰ ਪਾੜ ਰਹੀ ਹੈ ਜੀ ਲੋਕਾਂ ਨੂੰ ਸਰਕਾਰ ਨੂੰ ਇਹ ਰਾਈਟ ਹੀ ਨਹੀਂ ਬੰਦਾ ਮੈਂ ਆਪਦੇ ਆਪਣੇ ਹੁਣੇ ਕਹਿਣਾ ਮੈਂ ਆਪਦੇ ਤੁਹਾਨੂੰ ਸਰਟੀਫਿਕੇਟ ਦਿਖਾਨਾ ਕਿ ਮੈਨੂੰ ਕਿਉਂ ਕੀ ਮਿਲਿਆ ਆ ਮਨਿੰਦਰ ਜੀ ਮੇਰਾ ਪਲੱਸ 2 ਦਾ ਸਰਟੀਫਿਕੇਟ ਆ ਦੋਸਤੋ ਠੀਕ ਹੈ ਆ ਮੇਰਾ 10th ਦਾ ਸਰਟੀਫਿਕੇਟ ਆ ਚਲੋ ਮੈਂ 10ਵੀਂ 12ਵੀਂ ਕੀਤੀ ਪੰਜਾਬ ਸਕੂਲ ਸਿੱਖਿਆ ਬੋਰਡ ਸੰਦੀਪ ਕੁਮਾਰ ਸੀਨੀਅਰ ਸੈਕੰਡਰੀ ਸਕੂਲ ਜੈਤੋ ਤੋਂ ਠੀਕ ਹੈ ਜੀ ਇਹ ਮੇਰਾ ਆ ਮੇਰਾ ਭਾਰਤੀ ਸੰਸਕ੍ਰਿਤ ਗਿਆਨ ਪ੍ਰੀਖਿਆ 'ਚ ਫਰਸਟ ਆਇਆ ਸੀ ਜੀ ਮੈਂ ਠੀਕ ਹੈ ਜੀ ਆ ਮੇਰਾ ਜੁੱਡੂ ਕਰਾਟੇ ਕਿੱਕ ਬੌਕਸਿੰਗ ਦਾ ਐਚਐਸਐਨ ਸੀਨੀਅਰ ਸੈਕੰਡਰੀ ਗਵਰਨਮੈਂਟ ਸਕੂਲ ਸਰਟੀਫਿਕੇਟ ਮਿਲਿਆ ਵੈ ਮੈਨੂੰ ਸੰਦੀਪ ਕੁਮਾਰ ਨੂੰ ਸਿੰਗਿੰਗ ਦੇ ਬਾਸਕਟਬਾਲ ਦਾ ਤੇ ਕੈਰੇਕਟਰ ਗੁੱਡ ਇਹ ਚੀਜ਼ਾਂ ਦੇ ਇੱਕ ਮਿੰਟ ਮੈਂ ਤੁਹਾਨੂੰ ਇੱਕ ਮਿੰਟ ਇੱਕ ਮਿੰਟ ਜੀ ਆ ਮੇਰਾ ਸੰਦ ਹੈ ਜੀ ਦਸਵੀਂ ਦਾ ਜਿਹੜਾ ਆਂਦਾ ਹੈ ਆ ਮੈਨੂੰ ਇੱਥੋਂ ਦੇ ਐਮਐਲਏ ਸਾਹਿਬ ਨੇ ਮਾਸਟਰ ਬਲਦੇਵ ਸਿੰਘ ਜੀ ਐਮਐਲਏ ਸੰਦੀਪ ਲੁੰਬਾ ਸਨਮਾਨ ਪੱਤਰ ਕੋਵਿਡ 19 ਦੇ ਹੀਰੋ ਜਿਨੇ ਸਹੂਲਤਾਂ ਦਿੱਤੀਆਂ ਆ ਮੇਰਾ ਪੜਾਈ ਟਾਈਮ ਦਾ ਬੀਏ ਦੇ ਵਿੱਚ ਮੈਂ ਨੈਸ਼ਨਲ ਕ੍ਰੈਡਿਟ ਕੋਰਸ ਦੇ ਵਿੱਚ ਆਪਣਾ ਜੁੱਡੂ ਕਰਾਟੇ ਜੀਡੀ ਬੁਆਇਸ ਦੇ ਵਿੱਚ ਫਰਸਟ ਬੈਚ ਲਿੱਤਾ ਸੀ ਜੀ ਨੈਸ਼ਨਲ ਕ੍ਰੈਡਿਟ ਕੋਰਸ ਇੱਕ ਮਿੰਟ ਜੀ ਆ ਮੈਂ ਫਰਸਟ ਨੋਰਥ ਇੰਡੀਆ ਦੇ ਚਲੋ ਮੈਨੂੰ ਹੁਣ ਬਾਦਲ ਸਰਕਾਰ ਦੇ ਵੇਲੇ ਕਿ ਸੰਦੀਪ ਕੁਮਾਰ ਪੰਜਾਬ ਆ ਡਿਸਟ੍ਰਿਕਟ ਰਾਟੇਡੂ ਐਜੂਕੇਸ਼ਨ 2007 ਦੇ ਵਿੱਚ ਮੈਂ ਉੱਥੇ ਟੀਮ ਕੋਚ ਸੀ ਆ ਪੜੋ ਜੀ ਸੰਦੀਪ ਕੁਮਾਰ ਪੰਜਾਬ ਦੇ ਵਿੱਚ ਟੀਮ ਕੋਚ ਡਿਸਟ੍ਰਿਕਟ ਫਰੀਦਕੋਟ ਦੇ ਵਿੱਚ 250 ਬੱਚਾ ਮੈਂ ਲੈ ਕੇ ਗਿਆ ਉੱਥੇ ਤੇ ਮੈਨੂੰ ਕੀ ਮਿਲਿਆ ਮੈਨੂੰ ਟਰੋਫੀਆਂ ਇਹਨਾਂ ਇਹਨਾਂ ਕਾਗਜ਼ਾਂ ਦਾ ਕੀ ਫਾਇਦਾ ਮੈਨੂੰ ਇਹ ਪਤਾ ਲੱਗ ਜੇ ਆ ਉਪ ਮੰਡਲ ਪ੍ਰਸ਼ਾਸਨ ਜੈਤੋ ਐ ਇਹਨਾਂ ਪ੍ਰਸ਼ਾਸਨ ਤੋਂ ਮੈਂ ਕੀ ਇਹਨਾਂ ਚੀਜ਼ਾਂ ਦੀ ਆ ਦੇਖੋ ਨਾਰਥ ਇੰਡੀਆ ਟੈਕਨੀਕਲ ਕੰਸਲਟੈਂਸੀ ਆਰਗੇਨਾਈਜੇਸ਼ਨ ਆਫ ਲਿਮਟਿਡ ਇੰਡੀਆ ਇਹਦਾ ਸਰਟੀਫਿਕੇਟ ਮੈਨੂੰ ਮਿਲਿਆ ਹੋਇਆ ਮੈਂ ਟ੍ਰੇਨਿੰਗ ਲਿੱਤੀ ਹੋਈ ਆ ਕਿ ਮੈਂ ਇਹ ਬੰਦੇ ਨੂੰ ਨੌਕਰੀ ਬਹੁਤ ਵਧੀਆ ਕਰਨੀ ਆਉਂਦੀ ਹੈ ਇਹ ਬਹੁਤ ਵਧੀਆ ਬਿਜ਼ਨਸ ਕਰ ਸਕਦਾ ਮੈਨੂੰ ਕੋਈ ਸੁਖਸ਼ੋਧਾ ਨਹੀਂ